भाई उठ दाव तिर से जान मारे भगवंत कबीर चंदन का बिरवा पला बिर उठाक पुला से ओपी चंदन हुए रहे बसे जो चंदन बास कबीर बांस बढ़ाए इस विच कोई शक नहीं उठते तो किसी चाह पी के कहते खड़े वो मेरा बन गया चाह पी के नहीं कोई बनता लोग लाइफ देखते हैं और टके दे ऐसी बंदे नहीं फिर असं कई घुमाई फिरते हैं असं तो बिल्कुल गलत गल है जोड़ा ये अपने आप को समझते नाम बद तुम तो हो जाओगे तो दुए नहीं होने जानते जे तुम हाथ के चाकू फड़े ना कि मार ले तो कृपान बना भी
चंगा यही गल मैं करनी आ पे बड़ा भाई अस तेन याद कर रहे मिल रहा बस और ये साड़ी रूह आ जो पता नहीं केड़े टाइम पिछड़ जाना केड़े टाइम नहीं बस आई गल है मैं इतने रोज मिलना होंदा हट्टी आ करतार सिंह का बड़ा दोस्त होंदा सी उन्हें इधर सारे नाम मिल के जाना ठीक है जरूर याद करता देख लेना हूं सब ठीक है निगाह बिलकुल ठीक ठाक है बस कोई खास फर्क नहीं उदा दी है अच्छा अच्छा शुक्र अच्छा कमे हाँ कमे सब ठीक ठाक है मुंडे चाहिए ਉਹਨ ਤੋਂ ਸੁਣਾ ਹਰ ਨਾਮ ਜਸਿਓ ਪਾਪ ਬਸਾਇਨ ਜਾਇ ਵੀਰੇ ਹਰ ਨਾਮ ਦੁਗਲਾ ਇਹ ਹਰਿਆਰਾ ਉੱਥੇ ਤੇ ਉੱਥੇ ਹੀ ਪੰਚਾਇਤ ਕੇ ਆਪਣੇ ਪੰਚਾਇਤ ਕਰ ਦਿੱਤੇ ਹੋਏ ਜੋਗਿੰਦਰ ਵੀ ਖੜਾ ਕਬੀਰ ਹਰਦੀ ਪਿਆਰੀ ਚੂਨਾ ਉਜਲ ਭਾਏ ਰਾਮ ਸੁਨੇਹੀ ਤੋ ਮਿਲਾਏ ਦੋਨੋ ਬਰਨ ਗੁਵਾਏ ਕਬੀਰ ਹਰਦੀ ਕੀਰਤਨ ਹਰੈ ਚੂਨ ਚੈਨ ਨਾ ਰਹਾਏ ਬੜੇ ਹਾਰੀ ਪ੍ਰੀਤ ਗੁੰਜ ਜਾਤ ਬਰਨ ਗੁਲ ਜਾਏ ਵੀਰ ਮੁਕਤ ਦੁਆਰਾ ਸੰਗਰ ਰਾਏ ਦਸੇ ਬਾਏ ਮਨ ਤੋਂ ਮੈਗਲ ਹੋਏ ਰਿਓ ਨਿਕਸਿਓ ਕਿਉਂ ਗਾ ਜਾਏ ਵੀਰ ਆਸਾ ਸਤਗੁਰ ਜੇ ਮਿਲਾਏ ਤੁਝਾ ਕਰੇ
ਬੋਲੋ ਜੋ ਸੁਨੇਹਾ ਦੇਣਾ ਦੇਖਣੇ ਸਾਰੇ ਟੱਬਰ ਨੂੰ ਚਿੱਤ ਕਰਦਾ ਕਮਾਉਣ ਗਏ ਆ ਕਮਾਉਣ ਖਾਣ ਬੁੜੀ ਦਾ ਕੀ ਆ ਬੁੜੀ ਨੀ ਛੱਡ ਗਏ ਲੋਕਾਂ ਲਈ ਫਿਰ ਮਰ ਜਾਊ ਤੇ ਲੋਕ ਚੱਕਣਗੇ ਕੋਈ ਨੀ ਮਰਿਆ ਨੀ ਕੋਈ ਰਹਿੰਦਾ ਹੁੰਦਾ ਇੰਨੀ ਨਾ ਗਰਮ ਹੋ थोड़ा मान करी जे जाना लड़ छिजना पीड़ी पाई गंड जे वड़ में को सब जग फरीदा जे तू अगल लतीफ काले लिख नाम लेख अब गिरीवान में सिरनी मान कर देख बीड़ा जो त मारन मुकियन तिना न मारे कुम अब कर जाई पैर तिना दे चुम ਫਰੀਦਾ ਜਾਂ ਤੂੰ ਖਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨੀ ਐ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਨਹੀਂ ਪਾਜਾ ਪਾਣੀ ਉੱਤੇ ਪੰਜਾਬੀ ਆਈ ਨਹੀਂ ਉਹ ਪਾਣੀ ਦਾ ਨਹੀਂ ਕੋਈ ਵੀ ਹੋਇਆ ਉੱਥੇ ਠੀਕ ਹੈ ਸਾਰਾ ਤੇ ਹਾਂਜੀ ਟੱਬਰ ਦੇ ਵਿੱਚ ਨਾਲ ਬੈਠੇ ਆ ਨਾ ਇਹ ਆਂਗਾਂ ਤਾਂ ਜੀ ਆਂਗਾਂ ਦਾ ਕੱਲਾ ਬੰਦਾ ਮੰਡ ਵੱਡੀ ਉੱਤੇ ਚੰਦਾ ਉਹ ਕਸਰ ਪਾਈ ਦੀ ਪੰਦੀ ਨਹੀਂ ਕਰਤੇ ਆ ਮਾਲ ਇਕੱਠਾ ਕਰਕੇ ਲਿਆਂਦਾ ਹੋਰ ਜੀ ਇਕੱਠਾ ਅੱਗੇ ਕਰਕੇ ਰੱਖਿਆ ਭਰੀ ਬਾਨੀ ਆਈਦੀ ਆ ਤਿਆਰ ਦੀ ਗਜਾ ਹੁਣ ਇਹੀ ਆ ਹਾਂ ਵਿੱਚ ਐਗੀ ਤੂੜੀ ਥੋੜੀ ਜਿਹੀ ਹੈਗੀ ਬਬਲੀ ਆਈ ਸੀ ਪਾਸ ਤੋਂ ਕਹਿੰਦੀ ਕਿ ਮੈਂ ਉਹਨਾਂ ਨੂੰ ਮਿਲਣ ਆਈ ਹਾਂ ਕਿੰਨਾ ਚਿਰ ਰਮੋ ਫਰੀਦਾ ਤੂੰ ਕਹਿੰਦਿਆਂ ਜਾਗੇਂਦਿਆਂ ਮਤੀ ਦਿੰਦਿਆਂ ਜੋ ਸੈਤਾਨ ਵਜਾਇਆ ਸੇਕਤ ਫੇਰੇ ਚਿੱਤ ਫਰੀਦਾ ਥਿਓ ਪਵਾਈ ਦਬ ਜੇ ਸਾਈਂ ਲੋੜੈ ਸਭ ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈਂ ਦਾ ਦਰਬਾਰੀਐ ਫਰੀਦਾ ਖਾਗਲ ਨਿੰਦੀਐ ਖਾਗੂ ਜੇਡ ਨ ਕੋਏ ਜਿਉਂਦਿਆਂ ਪੈਰਾਂ ਸਦਰ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾਂ ਨਿਉਂ ਕਿਹਾ ਲੱਭ ਤਾਂ ਕੂੜਾ ਨਿਉਂ ਕਿਚਰ ਚੱਟ ਲਮਾਈ ਆਏ ਛੱਪੜ ਤੁੱਟੈ ਨਿਉਂ ਫਰੀਦਾ ਜੰਗਲ ਜੰਗਲ ਚਾ ਪਵੈ ਵਨਕੁੰਡਾ ਮੋੜੇ ਵਸੀਰਾ ਬੇਹਿਆ ਨੀ ਆਏ ਜੰਗਲ ਕਿਆ ਢੂੰਡੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਪਵੇ ਅੱਜ ਫਰੀਦਾ ਕੂਜੜਾ ਸੈ ਕੋਨ ਥਿਓ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਨਾ ਦਾ ਜੀਵਿਆ ਜਿਨਾ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੇੜਾ ਜਲਾ ਮੰਜੀਠ ਜਿਉਂ ਉੱਪਰ ਅੰਗਾਰਾ ਚੜਾਂ ਦਾ ਭੇਜਾ ਕਮਲੀ ਰਾਂ ਦਾ ਸਿੱਧੋ ਸਿੱਧੋ ਕਮਲੀ ਅੱਲਾ ਵਰਸੋ ਮੇ ਜਾਹੇ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਨਿਓ
ਰੀਦਾ ਮੈਂ ਬੁਲਾਵਾ ਪੱਗ ਗਲ ਮਤ ਮੈਲੀ ਹੋਏ ਜਾਏ ਗੈਲਾਰੂ ਨ ਜਾਣੇ ਸਿਰ ਵੀ ਮਿੱਟੀ ਖਾਏ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾਏ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਧ ਰੀਦਾ ਰੋਟੀ ਮੇਰੀ ਕਾਠ ਗੀ ਲਾਵਣ ਮੇਰੀ ਭੁੱਖ ਜਿੰਨਾ ਖਾਲੀ ਗੱਲ ਬਾਤ ਧਰਮ ਸਿੰਘ ਕਈ ਵਾਰੀ ਚੇਤੇ ਕੀਤਾ ਕਹਿੰਦਾ ਉਹ ਨੀ ਆਉਂਦਾ ਮੈਂ ਕਿਹਾ ਆਊਗਾ ਉਹਦਾ ਠੀਕ ਠਾਕ ਹੈ ਛਾਲਾ ਮਾਰਦਾ ਮੈਂ ਅਸੀਂ ਪੁੱਛਿਆ ਤਾਂ ਛੋਟਾ ਭਲਾ ਆਇਆ ਸੀਗਾ ਮੈਂ ਉਹਨੂੰ ਵੀ ਪੁੱਛਿਆ ਹਾਂਜੀ ਕਹਿੰਦਾ ਤਕੜਾ ਆਇਆ ਨਹੀਂ ਨਹੀਂ ਸੋਹਣਾ ਅਸੀਂ ਉਹਨੂੰ ਤਾਂ ਮਤਲਬ ਮਿਲਿਆ ਮੁੰਡੇ ਨੂੰ ਪਹਿਲਾਂ ਉਹਦੀ ਖਬਰ ਪੁੱਛੀ ਆਪਣਾ ਮੁੰਡਾ ਸੰਗਰਾਮ ਡਰਾਈਵਰ ਕਹਿੰਦਾ ਭਲਵਾਨ ਜੀ ਸਾਰੀ ਮੂਵੀ ਅਸੀਂ ਦੇਖੀ ਆ ਤੁਹਾਡੀ ਆਪਣੇ ਘਰਾਂ ਕੋਲ ਸਾਡੇ ਇਕੱਠੇ ਹੀ ਆ ਨਾ ਇਕੱਠੇ ਹਾਂਜੀ ਤੇ ਕੰਮ ਵੀ ਇਕੱਠੇ ਕਰਦੇ ਆ ਬਾਬੂ ਜੀ ਹੁਣੀ ਦਫ਼ਤਰ ਚ ਇਹ ਸਾਡੇ ਬਾਸ ਹੈ ਮਹਾਰਾਜ ਮੇਰੇ ਚਿੱਤਰ ਵੀ ਬਹੁਤ ਪਏ ਆ ਪਹਿਲਾਂ ਤਾਂ ਇੱਥੇ ਹੀ ਪਏ ਆ ਜਗਤ ਦੇ ਘਰ ਵਾਲੀ ਨੇ ਤੂੰ ਇੱਧਰ ਕਿੱਥੇ ਨੂੰ ਪਾਈ ਮੂੰਹ ਚੱਕਿਆ ਇੱਧਰ ਲਾ ਆ ਮੈਂ ਤੂੰ ਮੈਨੂੰ ਰੋਕ ਕੇ ਦਿਖਾ ਮੈਂ ਲੰਘਣਾ ਮੂਹਰੇ ਤੇ ਬੰਦ ਕੀਤੀ ਨੀ ਮੈਂ ਕਹਿੰਦਾ ਮੈਂ ਆਹ ਜਿਹੜਾ ਘਰ ਵਾ ਨਾ ਇਸ ਅੰਦਰ ਵੜ ਕੇ ਮੈਂ ਉੱਪਰ ਦੀ ਲੰਘ ਕੇ ਬਾਅਦ ਜਦ ਪੜ ਕੇ ਦਿਖਾ ਦੇ ਤਾਂ ਸਾਡਾ ਘਰ ਵਾ ਮੈਂ ਕਿਹਾ ਮੈਨੂੰ ਰੋਕ ਜਦ ਮੈਂ ਦਰਾ ਚ ਗਿਆ ਹਾਏ ਹਾਏ ਮੈਂ ਮਰ ਗਈ ਭਲਵਾਨ ਵਾ ਮੈਂ ਕਿਹਾ ਬਹੁਤ ਹਾਸਾ ਪਿਆ ਫਿਰ ਆਪਣੇ ਸੀਸ ਹੋ ਜਗ ਸੰਧਾ ਉਹਦੇ ਘਰ ਗਿਆ ਤਾਂ ਉਹ ਕਹਿੰਦੀ ਭਾਈ ਤੂੰ ਕੌਣ ਆ ਮੈਂ ਕਿਹਾ ਉਹ ਸੁਨੇਹ ਦਿੱਤੇ ਉਹ ਨਾ ਪਛਾਣੇ ਮੈਂ ਕਿਹਾ ਜਦ ਤੂੰ ਪਛਾਣਦੀ ਨੀ ਮੈਂ ਮੁੜ ਜਾਂਦਾ ਤੀਜੀ ਵਾਰੀ ਫਿਰ ਕਹਿੰਦੀ ਹਾਏ ਹਾਏ ਤੂੰ ਉਹ ਆ ਮੈਂ ਕਿਹਾ ਕੀ ਕਰਦੇ ਹੁਣ ਆਪਣੇ ਬਾਬਾ ਹੀ
ਮਾਸਟਰ ਜੀ ਮੂੰਹ ਤੇ ਆ ਨਾ ਰੋਟੀ ਕਾਂਦਾ ਚੋਕਰਾ ਸਾਡੇ ਮੁੰਡਿਆਂ ਕੋਲੋਂ ਜਿਹੜਾ ਬੁੱਢਾ ਬਾਲ ਉੱਪਰਲੇ ਪਾਸੇ ਉਹਨੂੰ ਜੋੜ ਉੱਥੇ ਹੋਰ ਕੀ ਹੈ ਨਾ ਉੱਥੇ ਤੁਸੀਂ ਕੰਮ ਕਰਦੇ ਆ ਨਾ ਸਿਆਣਾ ਸਰੀਰ ਤੁਹਾਡਾ ਉਹ ਵਧੀਆ ਰਹਿੰਦਾ ਹੁਣ ਇਹਨੂੰ ਬੱਲੀ ਨੂੰ ਪੁੱਛ ਲਓ ਤੇ ਜੇ ਨਹੀਂ ਕੰਮ ਕਰਦੇ ਤਾਂ ਉਹਨਾਂ ਤੇ ਉੱਠ ਵੀ ਨਹੀਂ ਹੁੰਦਾ ਚੱਕਰ ਜਿਹਾ ਮਾਰ ਜੋ ਅਗਲੇ ਸਾਲ ਅਸੀਂ ਆਵਾਂਗੇ ਇਕੱਠੇ ਫੇਰ ਮੈਂ ਨਾਲ ਆਊਂਗਾ ਅਗਲੇ ਸਾਲ ਨੂੰ ਅਸੀਂ ਨਾ ਹੋਏ ਸਹੀ ਨਹੀਂ ਬਾਬਾ ਬਸ ਏਦਾਂ ਨੀ ਆ ਜਿਹੜੀ ਗੱਲ ਹੈ ਨਾ ਇਹ ਚੀਜ਼ ਹੈਗੀ ਆ ਠੀਕ ਕਦੀ ਮੰਗਦਾ ਹੈਗਾ ਚਾਰ ਮਿਰਚ ਚਾਹ ਪੀਤੀ ਆ ਫੇਰ ਜੋ ਕੁਛ ਮੰਗਿਆ ਰੋਟੀ ਲਈ ਖਾਧੀ ਫਿਰ ਕੋ ਪਤਾ ਹੀ ਨਹੀਂ ਜਰਾ ਪਿੱਛੋ ਅਟੈਕ ਹੋ ਗਿਆ ਚੱਲ ਗੱਲ ਇਹ ਬਾਬੇ ਗਾਹਾਂ ਗਾਹਾਂ ਤਾਂ ਇੱਥੇ ਤੱਕ ਪਹੁੰਚਣਾ ਨੀ ਕਿਸੇ ਨੇ ਉਹੀ ਜਾਣਦਾ ਮੋਟੇ ਦਾ ਬਾਬਾ ਹੁਣ 24-25 ਸਾਲਾਂ ਤੋਂ ਸਾਡੀ ਉਦਾਂ ਦੀ ਇੱਕ ਮੈਂ ਬੈਠ ਕੋਲ ਬੈਠੇ ਦੇਖ ਕੇ ਆਇਆ ਲੜਕੀ ਤੇ ਇੱਕ ਉਹਦੇ ਘਰ ਦਾ ਔਰ ਇਹਦੇ ਸੁਨੱਖੇ ਔਰ ਜਵਾਨ ਜਿਹਦਾ ਬੰਦਾ ਉਹ ਆਏ ਹੁਸ਼ਿਆਰਪੁਰ ਉਹ ਕਹਿਣ ਲੱਗੀ ਜੀ ਫਿਰ ਮੈਨੂੰ ਹੁਣ ਕੁਛ ਲਾਓ ਦੁਆ ਲੈ ਕੇ ਗਈ ਉਹਦੇ ਚਿਹਰੇ ਨੂੰ ਦੇਖੋ ਲਗਾ ਹੀ ਨਹੀਂ ਸਕਦਾ ਤੂੰ ਬਿਮਾਰ ਇੱਥੇ ਮੈਂ ਤੇ ਮੋਹਰੇ ਤੇ ਤਿੰਨ ਟੀਕੇ ਕਰਾਏ ਪਤਾ ਇਹ ਬਣਿਆ ਹੀ ਕੱਖ ਨਾ ਉੱਥੇ ਗਿਆ ਤਾਂ ਉਹਨੂੰ ਦਿਖਾ ਲਿਆ ਪਿਆ ਜਿਹਨੂੰ ਉਹ ਕਹਿੰਦਾ ਤੇਰੇ ਪਸਲੀ ਸੋਜਾ ਆ ਸੋਜਾ ਪਿਆ ਤੇ ਨਸ਼ਾ ਪੀ ਆ ਸੰਗਰਾਂਦ ਇੱਕ ਦਿਨ ਪਹਿਲਾਂ ਸਾਨੂੰ ਜਿਹੜਾ ਕਾਲ ਜਿਹਦੇ ਉਹ ਬੁੜਾ ਮਰ ਗਿਆ ਉਹਨੂੰ ਸੰਗਰਾਂਦ ਵਾਲੇ ਦਿਨ ਦਾਗ ਦਿੱਤਾ ਸਿੱਧੇ ਨੂੰ ਬਹੁਤੀ ਮਰ ਗਈ 45 ਸਾਲ ਦੀ ਉਮਰ ਸਿਹਤ ਬੜੀ ਅੱਛੀ ਲੱਗ ਰਹੀ ਗੱਲ ਹੈ ਮੌਤ ਕਿਤੇ ਲੈਣ ਜਾਣੀ ਬੰਦੇ ਦੇ ਵਿੱਚ ਹੀ ਆ ਮੋਤਾ ਚਲੋ ਤੁਸੀਂ ਤਾਂ ਸਮਾਂ ਬਹੁਤ ਦੇਖਿਆ ਜਦੋਂ ਪਾਰਟੀਸ਼ਨ ਹੋਈ ਆ ਤੇ ਉਦੋਂ ਕਤਲੇ ਆ ਮੌਤਾਂ ਥੋੜੀਆਂ ਹੋਈਆਂ ਤਿੰਨ ਦਿਨ ਏਦਾਂ ਠੂਠਾ ਫੜ ਕੇ ਲਾਸ਼ ਪਈ ਤਿੰਨ ਦਿਨ ਅਸੀਂ ਦੇਖੀ ਕਿੰਨੀ ਮਿੱਟੀ ਸਾਡੇ ਪਿੰਡ ਦਾ ਤੁਹਾਡੀ ਬਰਾਦਰੀ ਦਾ ਸੀ ਹਾਂਜੀ ਮਰਿਆ ਰਿਹਾ ਸੀ ਉਹਨੂੰ ਭਤੀਜੇ ਨੂੰ ਕਿਹਾ ਇੱਥੇ ਮਿੱਟੀ ਦੀਆਂ ਦੋ ਕਈਆਂ ਪਾ ਦੇ ਫਰਕ ਇੰਨਾ ਕੁਛ ਸੀ ਜਿੱਦਾਂ ਪੱਟੀ ਉਹਦੇ ਉੱਤੇ ਇੱਕ ਸੀਗਾ ਖੇਸ ਉਹ ਆਉਣ ਲੱਗੇ ਨੇ ਉਹਦੇ ਨਾਲ ਮੁੰਡੇ ਦਾ ਕਰਮਾ ਸੀ ਉਹ ਕਰਮਾ ਉਹਦਾ ਖੇਸ ਲਾ ਲਿਆ ਉਹ ਜਦ ਲਾਇਆ ਉਸ ਵੇਲੇ ਉਹਦੀ ਜਿਹੜੀ ਝੁੰਗੀ ਦੀ ਬਣਾਈ ਸੀ ਨਾ ਲੱਕੜੀਆਂ ਲੁਪੜੀਆਂ ਦੀ ਸੱਤੀ ਅੱਠੀ ਦਿਨ ਲੱਗੀਆਂ ਲੱਭੀਆਂ ਤਾਂ ਜਗ੍ਹਾ ਲਈ ਮੈਂ ਕਿਹਾ ਮੈਂ ਰੋਟੀ ਨੀ ਖਾਂਦਾ ਤਿੰਨ ਦਿਨ ਰੋਟੀ ਨੀ ਕੁਮਾਰੀਆਂ ਕੀਰਨੇ ਪਾਉਂਦੀਆਂ ਨੱਠ ਕੇ ਗਈਆਂ ਸਾਨੂੰ ਰੱਖ ਲੋ ਪਿੰਡੋ ਰੱਖ ਲੋ
ਅਸੀਂ ਕਿਹਾ ਭਾਈ ਰੱਖ ਨਹੀਂ ਸਕਦੇ, ਹੁਕਮ ਖਰਾਬ ਵਰਤ ਗਿਆ, ਹੁਕਮ ਖਰਾਬ ਹੋ ਗਿਆ। ਬਾਕੀ ਪਿੰਡ ਅਸੀਂ ਰੱਖ ਛੱਡੇ, ਮਗਰ ਤਾਈ ਇਹ ਕਹਿੰਦੇ ਸੀਗੇ ਲਾਂਭਲੇ ਪਿੰਡ ਪੈ ਤੁਸੀਂ ਮੁਸਲਮਾਨ ਰੱਖੇ, ਫਿਰ ਤੁਹਾਡੇ ਸੇ ਆਪ ਛੱਡ ਕੇ ਆਏ ਸੀ ਮੁੰਡੇ। ਜਾਨਵਰ ਨੀ ਦੇਖਿਆ, ਬਸ ਦੇਖ ਲਾ ਪਤਾ ਨੀ ਉਹ ਦੁਨੀਆਂ ਕਿੱਥੇ ਗਈ ਸੀ ਕਿੱਥੇ ਨੇ। ਅਸੀਂ ਸਟੇਸ਼ਨ ਤੇ ਜਾ ਕੇ ਉਤਰੇ, ਅਸੀਂ ਕਿਹਾ ਇੱਥੇ ਗੁੱਟੇ ਬਾਬੂ ਨਾ ਲੈਣ ਨਾ ਦੇਣ, ਉਹ ਕਹਿੰਦੇ ਸਭ ਧਰਤੀ ਦੇ ਅੰਦਰ ਜਪਾਨ ਦੀ ਬੰਬਾਰਮੈਂਟ ਹੁੰਦੀ ਸੀ। ਤੁਸੀਂ ਮਿਲਟਰੀ ਕਿੰਨਾ ਚਿਰ ਨੌਕਰੀ ਕੀਤੀ ਆ? ਕਿੰਨਾ ਚਿਰ ਫੇਰ ਵੀ ਮੈਨੂੰ ਖਿਆਲ 4 ਸਾਲ ਅਰੇ ਸੁਪਨੇ ਵਾਂਗੂ ਹੀ ਬਿਮਾਰੀ ਇੱਕ ਬੜੀ ਭੈੜੀ ਲੱਗੀ ਸੀ। ਇਹ ਸੀ ਅੰਗਰੇਜ਼ਾਂ ਦਾ ਪਿੱਠੂ, ਇਹਨਾਂ ਅੰਗਰੇਜ਼ਾਂ ਨੇ ਸਕੀਮ ਬਣਾਈ ਤੇ ਜਿਹੜੀਆਂ ਇੰਡੀਅਨ ਜੂਨਟਾਂ ਇਹਨਾਂ ਨੂੰ ਤੋੜਦੇ ਨਫ਼ੀ ਕੱਟ ਕਰਦੇ ਤੇ ਕਸ਼ਮੀਰ ਤੇ ਚੜਾਈ ਕਰਦੇ, ਹੋਈ ਵੀ ਇੱਦਾਂ ਹੀ ਸੀ। ਉਹਦਾ ਨਾਕਾਬੰਦੀ ਹੋਣੇ ਕਰਕੇ ਬਾਕੀ ਸਾਡੇ ਕਸ਼ਮੀਰ ਬਚ ਗਿਆ, ਨਹੀਂ ਤਾਂ ਉਹ ਚਲੇ ਗਏ ਸੀ। ਅੱਧੀ ਨਫਰੀ ਉਹਨਾਂ ਦੀ ਉੱਧਰ ਰਹਿ ਗਈ, ਅੱਧੀ ਇੱਧਰ ਹੋ ਗਈ। ਜਾਂ ਪੁਲ ਟੁੱਟਾ ਜਵਾਨੀ ਬਾਰੇ ਕੀਤੀ ਹੋਣੀ ਜੀ, ਹੋਰ ਕਿਤੇ ਸੀ। ਮੈਂ ਕਿਹਾ ਕਈ ਵਾਰ ਏਦਾਂ ਹੁੰਦਾ ਵੀ ਸਿਹਤ ਚੰਗੀ ਸੀ। ਮੈਂ ਵੀ ਪਛੇਤੀ ਆ ਰਿਹਾ ਬੱਲੀ, ਬਸ ਹੁਣ ਨਿਆਣੇ ਕਹਿੰਦੇ ਵੀ ਥੋੜਾ ਜਿਹਾ ਠਹਿਰ ਲਾ, ਮੇਰਾ ਚਲੋ ਕਦੋਂ ਆਉਣਾ ਬਸ 400 ਦਾ ਮੈਨੂੰ ਪਤਾ ਨਾ, ਬਨਾਰਸੀ ਵੀ ਅੱਠੋ ਅੱਠ ਮੈਂ ਰੋਜ਼ ਆਈ ਇਕੱਠੇ ਰਹੀ ਦਾ ਸਾਡੇ ਇਕੱਠੇ। ਉਹ ਗੇਮ ਉਹਦੀ ਇੰਨੀ ਫਿੱਟ ਹੈ, ਬਸ ਗੱਲੇ ਛੱਡ ਦੇ ਕਰਦਾ ਛੱਡ ਕੇ। ਉਹ ਇਸ ਵੇਲੇ ਫੋਰਮੈਨ ਹੈ ਹੁਣ ਉੱਥੇ। ਹੁਣ ਬਣੇ ਜਾਣਾ ਨਹੀਂ, ਉਹ ਬਣ ਗਿਆ। ਦੇਖੋ ਜੀ ਉਹਦਾ ਸਾਧਨ ਭਾਈ, ਉਹਦਾ ਸਾਧਨ ਜਿਹੜਾ ਹੈ ਨਾ, ਇੱਕ ਤਾਂ ਅਸੀਂ ਵੀ ਸਹੀ ਸੀਗੇ, ਲੇਕਿਨ ਉਹ ਫਿਰ ਸੂਬੇਦਾਰ ਜਗਿੰਦਰ ਸਿੰਘ ਦਾ ਰਿਸ਼ਤੇਦਾਰ ਵਾ, ਉਹ ਖੁਦ ਠੇਕੇਦਾਰ ਵਾ ਜਿਹਦਾ 500 ਬੰਦੇ ਨੂੰ ਕੰਮ ਕਰਾਉਂਦਾ ਆ, ਉਹਦੇ ਆਪਣੇ ਘਰ ਦੇ ਫਾਰਮ ਹੈ ਤੇ ਫਿਰ ਉਹ ਆਪੇ ਫਸਟ ਕਲਾਸ ਬਣ ਗਿਆ ਜੀ। ਰਾਈਟ, ਠੀਕ ਆ। ਸਿਟੀ ਬਾਜੀ ਉਹ ਬਾਸ ਬਣਾਤਾ, ਉਹਨੂੰ ਇੱਕ ਸੂਬੇਦਾਰ ਨੇ ਕਿਹਾ ਸੀ ਵੀ ਬਾਹਲਾ ਨੀ ਧਮਕਾ ਮਾਰਨੇ, ਉਹਨੂੰ ਕਾਹਨੂੰ ਕੰਮ ਤੇ ਨਾ ਕੋਈ ਆਵੇ। ਮਾਈ ਦੇ ਨਾਲ ਮਾਈ ਨੇ ਕਹਿਣਾ ਬਈ ਸਰਦਾਰ ਸਾਹਿਬ ਥੋੜਾ ਜਿਹਾ ਪਿੱਛੇ ਬੇਰੀ ਰਹਿ ਗਈ, ਇਹਨੂੰ ਤੋੜ ਲਓ। ਇਹ ਨੀ ਕਹਿੰਦਾ ਓਏ ਹੋਏ ਕੌਣ ਆ ਤੂੰ ਦੌੜ ਬੇਰੀ, ਉਹਨੇ ਕਹਿਣਾ ਪਲਵਾਂਜੀ ਵੀ ਅੱਜ ਅਸੀਂ ਆ ਗਏ ਕੱਲ ਨੂੰ ਨੀ। ਬੰਦੇ ਜਦੋਂ ਮੈਂ ਗਿਆ ਸੀ ਉਦੋਂ ਅਸੀਂ ਸਰੀ ਦੇ ਵਿਚ ਤਕਰੀਬਨ 3-4 ਬੰਦੇ ਸੀ, ਮੈਂ ਡਾਕਟਰ ਇੱਕ ਭਾਈ ਬਿਰਕਾਂ ਦਾ ਸੀ, ਅਸੀਂ ਤਿੰਨੇ ਹੀ ਹੁੰਦੇ ਸੀ ਜਿਹੜੇ ਸੜਕਾਂ ਤੇ ਘੁੰਮਦੇ ਹੁੰਦੇ ਸੀ। ਤੇ ਇਸ ਵੇਲੇ ਹਰੇਕ ਪਾਰਕ ਦੇ ਵਿਚ 40-40 50-50 ਬੰਦੇ ਨਹੀਂ ਪਏ। ਇਹਨਾਂ ਦਾ ਮਤਲਬ ਏਦਾਂ ਜਿੱਦਾਂ ਆਪਾਂ ਘਰੀ ਬਹਿ ਜਾਈਦਾ, ਏਦਾਂ ਹੈਗੇ ਆ ਰੋਜ਼ ਨੀ ਹੋ ਸਕਦੀ, ਰੋਜ਼ ਅੱਧੀ ਰਾਤ ਨੂੰ ਤਾਂ ਛੱਡਦਾ ਸਾਂ ਮੈਂ, ਉਹੀ ਗੱਲ ਕਰਦਾ ਜਿੱਦਾਂ ਹੁਣ ਉੱਥੇ ਤਾਰੇ ਨੂੰ ਬੈਠੇ ਹੋਣਾ, ਅੱਧੀ ਰਾਤ ਨੂੰ ਪੁਰਾਣੀ ਘਰ ਵਿੱਚ ਕਰਕੇ ਜਾਣਾ ਮਰ ਗਿਆ। ਦੱਸ ਕੀ ਕਰੀਏ, ਬਾਹਰ ਟੂਬਲ ਤੇ ਸੀ ਮਾਤਰ ਬਾਹਰ ਨੂੰ ਗਏ ਉਹ ਨੀ ਜਾ ਕੇ ਬਹਿ ਜਾਣਾ, ਇਹ ਗਏ ਪੱਠੇ ਰਹਿਣੇ ਨੀ ਜਾ ਕੇ ਬਹਿ ਜਾਣਾ ਤਾਕ ਪੋਸ਼ ਤੇ ਗੱਪਸ਼ਪ ਮਾਰਨੇ ਜੀ, ਏਦਾਂ ਦੀ ਗੱਲ ਹੈ ਨੀ ਉੱਥੇ। ਉਦਾਂ ਦਾ ਹੈ ਕਿ ਬਜ਼ੁਰਗਾਂ ਦੀ ਮੁੰਡਿਆਂ ਖੁੰਡਿਆਂ ਦੀ ਅਸੀਂ ਜਿੱਦਾਂ ਕਰੀਏ ਕਰਨਾ, ਉਹ ਆ ਕੀ ਕਰ ਲਿਆ ਤੂੰ ਵੀ ਕੋਈ ਨੀ ਖੇਚਲ ਕਾਹਦੀ ਆ ਜੀ ਹੱਥ ਤੋਂ।
ਕਰਦਾ ਕਰ ਤੁਸੀਂ ਆਪਣਾ ਟਾਈਮ ਕੀਮਤੀ ਕੱਢ ਕੇ ਆਏ ਤੇਰਾ ਫੋਟੋ ਤੀਏ ਦਿਨ ਲਾ ਲਿਆ ਕਰਨਾ ਰੋਜ਼ੇ ਕਹਿਣਾ ਲਿਆ ਸਾਡੇ ਬਜ਼ਾਰਾਂ ਦੀ ਲਾਭ ਮੂਵੀ ਨਾ ਇਹ ਕਿਸਮ ਦੀਆਂ ਗੱਲਾਂ ਕਰਨੀਆਂ ਬਿਲਕੁਲ ਸਾਹਮਣੇ ਬੈਠੇ ਬੰਦੇ ਗੱਲਾਂ ਕਰਦੇ ਜੀ ਆਹ ਵਾਹ ਬਲਜਿੰਦਰ ਸਿੰਘ ਤੁਹਾਡੇ ਬਾਬਾ ਜੀ ਬਿਨਾਂ ਢੋ ਮੇਲੇ ਦੇ ਕਿੱਥੇ ਕਿਸੇ ਕੋਲ ਬੰਦਾ ਆਉਂਦਾ ਹੁੰਦਾ ਕੋਈ ਬਸ ਹੁਣ ਤਾਂ ਇਹੀ ਚੀਜ਼ ਰਹਿ ਗਈ ਆ ਮੇਲਾ ਬਿਲਕੁਲ ਬਿਲਕੁਲ ਇੱਕ ਵਾਰ ਮੇਲਾ ਕਰਾ ਦਿਓ ਜੀ ਉਹਦਾ ਸਾਥੇ ਦੀ ਕਾਲ ਦਾ ਸੀਤਾ ਦੇ ਉਹਨੂੰ ਇੱਥੇ ਆ ਨੂੰ ਬੁਲਾਵਾਂਗੇ ਉੱਥੇ ਤਾਂ ਨਹੀਂ ਬੁਲਾਉਣੀ ਬੁਲਾਈ ਆ ਬਾਜ਼ਾਰ ਚ ਵੀ ਜਿੰਨੇ ਯਾਰ ਦੋਸਤ ਆ ਸਾਰੇ ਮੈਨੂੰ ਕਹਿੰਦੇ ਵੀ ਇੱਕ ਵਾਰੀ ਭਾਈਏ ਨੂੰ ਕਹੋ ਵੀ ਜਰੂਰ ਸਾਨੂੰ ਮਿਲ ਕੇ ਜਾ ਬਸ ਬਾਕੀ ਮੈਂ ਤੈਨੂੰ ਆ ਕੇ ਦੱਸ ਦੇਣਾ ਬੇਨਤੀ ਆ ਜੀ ਸਾਰਿਆਂ ਨੂੰ ਨਗਰ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਨਿਆਣਿਆਂ ਨੂੰ ਵੀ ਪਿਆਰ ਮੇਰਾ ਦਵੀਨਾ ਰੀਨੂ ਸ਼ੀਨੂ ਸਾਰਿਆਂ ਨੂੰ ਅਮਨ ਉਹਨਾਂ ਨੂੰ ਕਹਿਣਾ ਵੀ ਫਿਕਰ ਨਾ ਕਰਨ ਆ ਜਾਣਾ ਮੈਂ ਜਿੱਥੇ ਹਾਂਜੀ ਹਾਂਜੀ ਧਰਮਿੰਦਰ ਪੜਦਾ ਹਾਂਜੀ ਬਹੁਤ ਹੁਸ਼ਿਆਰ ਆ ਪੜ੍ਹਨ ਨੂੰ ਹਾਂਜੀ 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 ਸਾਹਮਣੇ ਇਹ ਤਾਂ ਆਉਂਦੀਆਂ ਬੋਰੀਆਂ ਜਿਹਨਾਂ ਨੇ ਪੜ ਲਿਆ ਉਹ ਹੋ ਗਿਆ ਛੱਡਦੇ ਨੀ ਤੇ ਭਾਵੇਂ ਰੋਜ਼ ਤੁਰਿਆ ਰਹਿ ਕੇ ਚਲੋ ਜੀ ਕੰਮ ਵੀ ਜ਼ਰੂਰੀ ਹੈ ਕੰਮ ਵਾਲੇ ਨੀ ਛੁੱਟੀ ਦਿੰਦੇ ਉਹ ਮੁੰਡਾ ਆਉਣ ਦੀ ਤਾਂ ਨੀ ਇੰਨੀ ਖਿੱਚ ਜੇ ਉਹਦੀ ਮਾਈ ਕਹੇ ਭਾਈ ਤੂੰ ਰੋਟੀ ਖਾ ਲਾ ਜਾਂ ਪਾਣੀ ਪੀ ਲਾ ਜਾਂ ਪਿਸ਼ਾਬ ਕਰ ਲਾ ਜਾਂ ਟੱਟੀ ਜਾਇਆ ਬਸ ਤਦ ਉਹ ਹਿਲਦਾ ਸਾ ਸਾਨੂੰ ਉਹਦੀ ਗੱਲ ਨਹੀਂ ਸਮਝ ਨਾ ਸਾਡੀ ਸਮਝਦਾ ਹੀ ਸਾ ਸਾਡੇ ਕਹੇ ਕੋਈ ਕੰਮ ਨਾ ਸੀ ਕਰਦਾ ਚਲੋ ਜੀ ਬਹੁਤ ਜਮਜੋ ਆਪਣੇ ਕਹਿਆ ਬਾਈ ਜੀਤੇ ਫਿਕਰ ਨੀ ਕਰਨਾ ਮੈਂ ਬੱਲੀ ਨੂੰ ਪੂਰਾ ਪੁੱਛ ਲੈ ਮਿੰਦਰਾ ਵੀ ਆਈ ਆ ਰਕਮਲ ਵੀ ਸਾਰੇ ਆਏ ਆ ਸਾਰਿਆਂ ਨੂੰ ਦੱਸਿਆ ਬੀ ਮੇਰੀ ਪੂਰੀ ਰਿਪੋਰਟ ਸਹੀ ਦੇਣੀ ਆ ਕਮਲ ਤਾਂ ਕਹਿੰਦਾ ਸੀ ਮੈਂ ਥੋੜਾ ਡਰਾਮਾ ਕਰਦਾ ਮੈਂ ਡਰਾਮਾ ਨੀ ਕਰਨਾ ਤੇ ਡੀਪੀ ਨੇ ਵੀ ਡਰਾਮਾ ਬਣਾਇਆ ਬੇਬੀ ਲਿਆਈ ਮੂਵੀ ਬਣਾ ਕੇ ਉਹ ਵੀ ਕਹਿੰਦੇ ਦਿਖਾ ਲੈਣੀ ਆ ਥੱਲੇ ਕੋਕ ਪਾਇਆ ਤੇ ਉੱਪਰ ਬੋਤਲ ਸ਼ਰਾਬ ਦੀ ਏਦਾਂ ਕੀਤੀ ਹੋਈ ਆ ਉਹ ਸਾਰਾ ਡਰਾਮਾ ਆ ਥੱਲੇ ਸਾਰਾ ਕੋਕ ਹੀ ਆ ਉੱਪਰ ਉਹ ਐਵੇਂ ਡਰਾਮਾ ਬਣਾਇਆ ਬੇਬੀ ਕਹਿੰਦੀ ਸੀ ਮੈਂ ਦੱਸ ਦਊਂਗੀ ਬਈ ਪਾਪਾ ਜੀ ਦਾ ਇਹ ਡਰਾਮਾ ਬਣਾਇਆ ਡੀਪੀ ਡੈਡੀ ਤੇ ਬਾਕੀ ਬੱਲੀ ਰਿਪੋਰਟ ਦੇ ਦੇਣੀ ਆ ਪਤਾ ਹੀ ਆ ਬਈ ਜੂਸੇ ਪੀਂਦਾ ਰਿਹਾ ਜਾ ਕੇ ਫਿਰ ਨੰਬਰ ਇਹਨਾਂ ਦੇ ਬੁਲਾਉਣੇ ਤੇ ਬੱਲੀ ਨੇ ਕਰਨਾ ਸਭ ਕੁਛ ਹੱਥ ਵੀ ਹੋਏ ਸਤਿ ਸ਼੍ਰੀ ਅਕਾਲ